ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ, ਤੁਸੀਂ ਸਭ ਖੂਬੀ ਜਾਣਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ ਲੋਕ ਸਭਾ ਚੋਣਾਂ ਦੇ ਪੱਤੇ ਖੋਲਣੇ ਸ਼ੁਰੂ ਕਰ ਦਿੱਤੇ ਨੇ। 5 ਉਮੀਦਵਾਰ ਇਹਨਾਂ ਨੇ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ, ਜਿਹਨਾਂ ਦੇ ਵਿੱਚੋਂ ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ, ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ, ਫਤਿਹਗੜ੍ਹ ਸਾਹਿਬ ਤੋਂ ਦਰਬਾਰਾ ਸਿੰਘ ਗੁਰੂ, ਖਡੂਰ ਸਾਹਿਬ ਤੋਂ ਬੀਬੀ ਜਾਗੀਰ ਕੌਰ ਅਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ। ਇਹਨਾਂ ਪੰਜਾਂ ਨੂੰ ਸਿਆਸਤ ਦੇ ਦਿੱਗਜ ਮੰਨਿਆ ਜਾਂਦਾ ਹੈ ਅਤੇ ਇਹ ਕਈ ਬਾਜ਼ੀਆਂ ਸਿਆਸਤ ਦੀਆਂ ਪਹਿਲਾਂ ਵੀ ਖੇਡ ਚੁੱਕੇ ਨੇ। ਜਦੋਂ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਦਾ ਨਾਮ ਐਲਾਨਿਆ ਗਿਆ, ਉਸ ਵੇਲੇ ਆਖਿਰ ਸੁਖਬੀਰ ਸਿੰਘ ਬਾਦਲ ਨੇ ਕੀ ਕੁਝ ਕਿਹਾ ਤੇ ਕਿੱਦਾਂ ਸੂਬੇ ਦੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਲਿਆ, ਆਓ ਮਾਰਦੇ ਹਾਂ ਇੱਕ ਨਜ਼ਰ। ਕੈਪਟਨ ਨੂੰ ਮੁੱਖ ਮੰਤਰੀ ਬਣਾਤਾ, ਅੱਜ ਪੰਜਾਬ ਦੀ ਜਨਤਾ ਪਛਤਾ ਰਹੀ ਹੈ ਕਿਉਂਕਿ ਪੰਜਾਬ ਨੂੰ ਅੱਗੇ ਲਿਜਾਉਣ ਦੀ ਬਜਾਏ ਪੰਜਾਬ ਨੂੰ ਪਿੱਛੇ ਭੇਜਣਾ ਸ਼ੁਰੂ ਕਰ ਦਿੱਤਾ। ਜਿਹੜਾ ਤੁਹਾਡੇ ਕੋਲੇ ਹੱਕ ਹੈ, ਵੋਟ ਦਾ ਹੱਕ ਹੈ, ਇਹਦਾ ਮਤਲਬ ਹੀ ਆ ਕਿ ਆਪਾਂ ਉਹ ਫੈਸਲਾ ਕਰੀਏ ਜਿਹੜੇ ਦੇਸ਼ ਦੇ ਹਿੱਤ 'ਚ ਹੋਏ, ਆਪਣੇ ਸੂਬੇ ਦੇ ਹਿੱਤ 'ਚ ਹੋਏ। ਹੁਣ ਤੁਸੀਂ ਸਾਰੀਆਂ ਪਾਰਟੀਆਂ ਦਾ ਪਿਛੋਕੜ ਜਾਣਦੇ ਹੋ, ਸਾਰੇ ਲੀਡਰਾਂ ਦਾ ਪਿਛੋਕੜ ਜਾਣਦੇ ਹੋ, ਤੁਹਾਨੂੰ ਪਤਾ ਹੈ ਕਿਹੜੀ ਪਾਰਟੀ ਕਿਹੜਾ ਲੀਡਰ ਆਪਣੇ ਸੂਬੇ ਨੂੰ ਅੱਗੇ ਲਿਜਾ ਸਕਦਾ, ਕਿਹੜਾ ਨਹੀਂ ਲੈ ਸਕਦਾ। ਅੱਜ ਦੇਸ਼ ਲੋੜ ਹੈ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਦੀ, ਜਿਹਦੇ ਕੋਲੇ ਮਿਸ਼ਨ ਹੋਏ ਦੇਸ਼ ਨੂੰ ਅੱਗੇ ਲਿਜਾਉਣ ਦਾ, ਜਿਹਦੇ ਕੋਲੇ ਹੌਸਲਾ ਹੋਏ, ਹਿੰਮਤ ਹੋਏ, ਇਰਾਦਾ ਹੋਏ, ਜਿਹਦਾ ਪਿਛੋਕੜ ਹੋਏ ਕੰਮ ਕਰਨ ਦਾ। 40 ਘੰਟਿਆਂ ਨੂੰ ਵਾਪਸ ਕਿਉਂ ਪਿਆ? ਕਿਉਂਕਿ ਪਾਕਿਸਤਾਨ ਨੂੰ ਡਰ ਸੀ ਮੋਦੀ ਸਾਹਿਬ ਤੋਂ, ਕਿਤੇ ਐ ਨਾ ਹੋਏ ਕਿ ਲਾਹੌਰ ਨੂੰ ਉਡਾ ਦੇਣ, ਇਸਲਾਮਾਬਾਦ ਨੂੰ ਉਡਾ ਦੇਣ। ਆਹ ਫਰਕ ਹੈ। ਉਵੇਂ ਇੱਕ ਸੂਬੇ ਦਾ ਮੁੱਖ ਮੰਤਰੀ ਜੇ ਹਿੰਮਤੀ ਹੋਏ, ਮਿਹਨਤੀ ਹੋਏ, ਸੂਬੇ ਨੂੰ ਅੱਗੇ ਲਿਜਾ ਦਿੰਦਾ, ਜੇ ਨਿਕੰਮਾ ਹੋਏ, ਨਿਕੇਤ ਹੋਏ, ਬਰਬਾਦ ਕਰ ਦਿੰਦਾ। ਤੁਸੀਂ ਦੇਖ ਲਓ, ਮੈਨੂੰ ਪ੍ਰੈਸ ਵਾਲੇ ਪੁੱਛ ਰਹੇ ਸੀ, ਮੈਂ ਪੂਰੇ ਪੰਜਾਬ ਵਿੱਚ ਘੁੰਮ ਕੇ ਆਇਆ, ਇੱਕੋ ਇੱਕ ਆਵਾਜ਼ ਪੂਰੇ ਪੰਜਾਬ 'ਚ ਆਈ ਹੈ ਜਿਹੜੀ ਮੈਂ ਸੁਣੀ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਆਜ਼ਾਦੀ ਦੇ ਬਾਅਦ ਸਭ ਤੋਂ ਨਿਖੇਧ, ਨਿਕੰਮਾ, ਨਲਾਇਕ ਮੁੱਖ ਮੰਤਰੀ ਕੋਈ ਬਣਿਆ? ਕੈਪਟਨ ਅਮਰਿੰਦਰ ਸਿੰਘ ਬਣਿਆ। ਮੁੱਖ ਮੰਤਰੀ ਕਹਿੰਦੇ ਲਾਇਕ ਹੈ? ਮੁੱਖ ਮੰਤਰੀ ਦਾ ਮਤਲਬ ਕੀ ਹੈ? ਤੁਹਾਡੇ ਵਿੱਚ ਵਿਚਰੇ, ਤੁਹਾਡੇ ਕੋਲੇ ਆਏ, ਤੁਹਾਡੀਆਂ ਮੁਸ਼ਕਲਾਂ ਸਮਝੇ, ਗਰੀਬਾਂ ਨੂੰ ਮਿਲੇ, ਕਿਸਾਨਾਂ ਨੂੰ ਮਿਲੇ, ਉਹਨਾਂ ਦੀ ਭਾਵਨਾ ਸੁਣੇ, ਹੱਲ ਕਰਨ ਦੀ ਕੋਸ਼ਿਸ਼ ਕਰੇ, ਪੰਜਾਬ ਵਿੱਚ ਕੋਈ ਚੀਜ਼ ਨਵੀਂ ਲਿਆਏ। ਪਰ ਦੋ ਸਾਲ ਦੇਣਾ ਕੀ ਸੀ, ਲਿਆਉਣਾ ਕੀ ਸੀ, ਸਾਰਾ ਕੁਛ ਹੀ ਬੰਦ। 1500 ਕਰੋੜ ਰੁਪਇਆ ਬਜ਼ੁਰਗਾਂ ਦੀ ਪੈਨਸ਼ਨ ਨਹੀਂ ਦਿੱਤੀ ਉਹਨੇ, 200 ਕਰੋੜ ਰੁਪਇਆ ਗਰੀਬਾਂ ਦੇ ਬੱਚਿਆਂ ਦੀ ਸ਼ਾਦੀ ਦਾ ਨਹੀਂ ਦਿੱਤਾ ਉਹਨੇ, ਆਟਾ ਦਾਲ ਸਕੀਮ ਬਾਦਲ ਸਾਹਿਬ ਨੇ ਬੰਦ ਕੀਤੀ, ਸ਼ੁਰੂ ਕੀਤੀ, ਦਾਲਾਂ ਦੇ ਬੰਦ ਕਰਤੀ, 5 ਲੱਖ ਲੋਕਾਂ ਦੇ ਕਾਰਡ ਵੀ ਉਹਨੇ ਖਤਮ ਕਰ ਦਿੱਤੇ। ਅੱਜ ਚੰਦੂਮਾਜਰਾ ਸਾਹਿਬ ਦੱਸ ਰਹੇ ਸੀ ਕਿਵੇਂ ਗਰੀਬਾਂ ਦੇ 15-15 ਮੀਂਹ
ਭਾਜੀ ਸਾਡੇ ਬਿੱਲ ਆਉਣ ਲੱਗ ਗਏ, ਰੇਟ ਵਧਾਤੇ ਤੇ 200 ਯੂਨਿਟ ਬੰਦ ਕਰ ਦਿੱਤੇ। ਐਸੀ ਸਕਾਲਰਸ਼ਿਪ ਐਸੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਮੈਂ ਕਹਿੰਦਾ ਸਭ ਤੋਂ ਵੱਡਾ ਪਾਪ ਕਿੰਗ ਕੈਪਟਨ ਨੇ ਕੀਤਾ, ਜਿਹੜੇ ਐਸੀ ਬੱਚਿਆਂ ਨੂੰ ਸਕਾਲਰਸ਼ਿਪ ਪਾਲ ਸਾਹਿਬ ਦਿੰਦੇ ਸੀ 750 ਕਰੋੜ ਰੁਪਇਆ, ਜਿਹੜੇ ਕਾਲਜਾਂ ਨੂੰ ਦਿੰਦੇ ਸੀ ਪੈਸਾ ਗਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜ੍ਹਾਉਣ ਵਾਸਤੇ, ਅੱਜ ਕੈਪਟਨ ਨੇ ਦੇਣਾ ਬੰਦ ਕਰ ਦਿੱਤਾ। ਅੱਜ ਬੱਚੇ ਕਾਲਜ ਚੋਂ ਪੜ੍ਹਾਈ ਤੋਂ ਵਾਂਝੇ ਹੋ ਗਏ ਆ। ਜਦੋਂ ਸਰਕਾਰ ਬਣੀ ਹਫ਼ਤੇ ਬਾਅਦ ਇਹਨੇ ਕਹਿਤਾ ਕਿ ਮੈਂ ਤਾਂ ਅਗਲਾ ਇਲੈਕਸ਼ਨ ਲੜਨਾ ਹੀ ਨਹੀਂ, ਤੁਸੀਂ ਜੋ ਮਰਜ਼ੀ ਕੁਛ ਮਰਜ਼ੀ ਕਰ ਲਓ, ਮੈਨੂੰ ਤੁਸੀਂ ਮੇਰਾ ਵਿਗਾੜ ਵੀ ਨਹੀਂ ਸਕਦੇ ਹੋ। ਕਹਿੰਦਾ ਮੈਂ ਇਲੈਕਸ਼ਨ ਨਹੀਂ ਲੜਨਾ, ਮੈਨੂੰ ਕੋਈ ਪਰਵਾਹ ਨਹੀਂ, ਫਿਕਰ ਨਹੀਂ, ਤਾਂ ਹੀ ਤਾਂ 2 ਸਾਲ ਹੋ ਗਏ ਕਿਸੇ ਨੂੰ ਮਿਲੇ ਨਹੀਂ। ਕਹਿੰਦਾ 1 ਮਹੀਨੇ 'ਚ ਮੈਂ ਨਸ਼ਾ ਬੰਦ ਕਰ ਦੂੰਗਾ, ਘਰ ਘਰ ਨੌਕਰੀ ਫਾਰਮ ਭਰਾ ਲਏ, ਤੁਹਾਡੇ ਘਰਾਂ 'ਚ ਫੋਨ ਭੇਜ ਕੇ ਲਿਖਿਆ ਫਾਰਮ ਦੇ ਕਿ ਮੈਂ ਕੈਪਟਨ ਅਮਰਿੰਦਰ ਸਿੰਘ ਵਾਅਦਾ ਕਰਦਾ ਹੈ, ਐਫੀਡੇਵਿਟ ਦਿੱਤਾ ਕਿ ਮੈਂ ਤੁਹਾਨੂੰ ਨੌਕਰੀ ਦਊਂਗਾ, ਫਾਰਮ ਭਰਾ ਲਏ। ਉਸਦੇ ਅਸੀਂ ਜਾ ਕੇ ਤੁਸੀਂ DAC ਖੜਦਾ ਲੱਗਣਾ, ਸਿਪਾਹੀ ਲੱਗਣਾ, ਤਹਿਸੀਲਦਾਰ ਲੱਗਣਾ, ਸਾਰਿਆਂ ਨੂੰ ਕਿਸੇ ਨੂੰ ਤਹਿਸੀਲਦਾਰ ਬਣਾਉਂਦਾ, ਕਿਸੇ ਨੂੰ ਖੜਦਾਰ ਬਣਾਉਂਦਾ। ਇਸ ਤੋਂ ਬਾਅਦ ਅਗਰ ਗੱਲ ਕੀਤੀ ਜਾਵੇ ਬਿਕਰਮਜੀਤ ਸਿੰਘ ਮਜੀਠੀਆ ਦੀ, ਤਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਕਾਂਗਰਸ ਸਰਕਾਰ ਦੇ ਉੱਤੇ ਤੰਜ ਕੱਸਦਿਆਂ ਹੋਇਆਂ ਸਾਫ਼ ਤੌਰ 'ਤੇ ਕਿਹਾ ਕਿ ਕਾਂਗਰਸ ਸਰਕਾਰ ਦਾ ਪੱਪੂ ਫੇਲ ਹੋ ਚੁੱਕਿਆ ਹੈ, ਤਾਂ ਹੀ ਕਿਤੇ ਨਾ ਕਿਤੇ ਸੋਨੀਆ ਗਾਂਧੀ ਨੂੰ ਪੁੱਤ ਪਿੱਛੇ ਕਰਕੇ ਧੀ ਅਗਾਂਹ ਕਰਨੀ ਪਈ ਹੈ। ਕੋਈ ਵੀ ਕੰਮ ਕੋਈ ਸ਼ੁਰੂ ਕਰਦਾ ਗੁਰੂ ਦੇ ਚਰਨਾਂ 'ਚੋਂ ਸ਼ੁਰੂ ਕਰਦਾ, ਅਤੇ ਉਹ ਧਰਤੀ ਹੈ ਜਿੱਥੇ ਸਾਡੇ ਸਾਹਿਬੇ ਕਮਾਲ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਚੱਪੇ ਚੱਪੇ 'ਤੇ ਬਖਸ਼ਿਸ਼ ਕੀਤੀ, ਅਤੇ ਇਸ ਜਗ੍ਹਾ ਤੋਂ ਇਸ ਧਰਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਪ੍ਰੇਮ ਸਿੰਘ ਚੰਦੂਮਾਜਰਾ ਸਾਹਿਬ ਦੀ ਜਿਹੜੀ ਸ਼ੁਰੂਆਤ ਚੀਮਾ ਸਾਹਿਬ ਨੇ ਕਰਾਈ ਹੈ, ਕਾਠਾ ਮਾਰ ਦਾ ਇਕੱਠ ਹੋਇਆ। ਮੈਂ ਉਹਨਾਂ ਨੂੰ ਵਧਾਈ ਦਿੰਦਾ ਅਤੇ ਆਸ ਕਰਦਾ ਕਿ ਇੱਕ ਅਸਲ ਅਤੇ ਵਧੀਆ ਵਕੀਲ ਵਾਂਗੂ ਜੋ ਕੇਸ ਇਸ ਇਲਾਕੇ ਦਾ ਚੰਦੂਮਾਜਰਾ ਸਾਹਿਬ ਰੱਖ ਸਕਦੇ ਆ ਪਾਰਲੀਮੈਂਟ 'ਚ, ਹੋਰ ਕੋਈ ਨਹੀਂ ਰੱਖ ਸਕੂਗਾ। ਔਰ ਸਰਕਾਰ ਕਿਉਂਕਿ ਮੋਦੀ ਸਾਹਿਬ ਦੀ ਬਣਨੀ ਹੈ, ਉਹਦੇ 'ਚ ਸੁਭਾਵਿਕ ਹੈ ਜੇ ਮੋਦੀ ਸਾਹਿਬ ਦਾ ਸਾਥੀ ਜੋ ਕੰਮ ਉਹਨਾਂ ਤੋਂ ਕਰਵਾ ਸਕੂਗਾ, ਹੋਰ ਕੋਈ ਨਹੀਂ ਕਰਵਾ ਸਕਦਾ। ਕਾਂਗਰਸ ਪਾਰਟੀ ਨੇ ਆਪ ਇਸ ਗੱਲ ਨੂੰ ਕਬੂਲਿਆ ਕਿ ਉਹਨਾਂ ਦਾ ਪੱਪੂ ਫੇਲ ਹੋ ਗਿਆ, ਇਹ ਗੱਲ ਕਿਸੇ ਹੋਰ ਨੇ ਨਹੀਂ, ਪ੍ਰਿਯੰਕਾ ਗਾਂਧੀ ਨੂੰ ਅੱਗੇ ਲਿਆ ਕੇ ਉਹਨਾਂ ਨੇ ਆਪ ਇਹ ਗੱਲ ਮੰਨੀ ਹੈ। ਪ੍ਰਿਯੰਕਾ ਗਾਂਧੀ ਨੂੰ ਉਦੋਂ ਅੱਗੋਂ ਲਿਆਉਣਾ ਪਿਆ ਅੰਦਰੂਨੀ ਜੋ ਕਾਂਗਰਸ ਦੀ ਗੱਲ ਹੈ, ਜਦੋਂ ਇਹ ਮਹਿਸੂਸ ਕਰਨ ਲੱਗੇ ਕਿ ਰਾਹੁਲ ਗਾਂਧੀ ਨਾਲ ਇਹ ਕਾਂਗਰਸ ਨੂੰ ਹੁਲਾਰਾ ਨਹੀਂ ਮਿਲਣਾ UP 'ਚ, ਇਸ ਲਈ ਉਹ 2 ਸੀਟਾਂ ਦਾ ਲੜਨ ਦਾ ਕਾਰਨ ਬੜਾ ਸਪਸ਼ਟ ਹੈ ਕਿ ਡਰ ਲੱਗਦਾ ਕਿ ਐਤਕੀ ਅਮੇਠੀ 'ਚੋਂ ਬਿਸਤਰਾ ਗੁੱਲ ਹੋ ਜਾਣਾ। ਦੇਖੋ, ਨੌਜਵਾਨ ਨੂੰ ਨੌਕਰੀ ਕੋਈ ਨਹੀਂ, ਕਿਸਾਨੀ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਤਾ, ਲਾਰਡ ਐਂਡ ਆਰਡਰ ਫੇਲ ਹੋ ਗਿਆ, ਨੇਹਾ ਸ਼ੋਰੀ ਜੀ ਦਾ ਕਤਲ ਕਰਤਾ ਗਿਆ ਜਿਹੜੀ ਲੜਾਈ ਲੜ ਰਹੇ ਸੀ ਡਰੱਗਸ ਦੀ, ਅੱਜ ਹਾਲਾਤ ਇਹ ਬਣੇ ਸਾਰੀ ਜਗ੍ਹਾ ਹੀ ਇੰਪਲੋਈਜ਼, ਜਿਹੜਾ ਰੀੜ ਦੀ ਹੱਡੀ ਹੈ ਪੰਜਾਬ ਦੀ, ਉਹਨਾਂ ਦੀ DA ਰੋਕਦੇ ਗਏ ਆ, ਪੇ ਕਮਿਸ਼ਨ ਲਾਗੂ ਨਹੀਂ ਹੋ ਰਿਹਾ, ਟੀਚਰਾਂ ਨੂੰ ਕੁੱਟਿਆ ਜਾ ਰਿਹਾ, ਜੇ ਕੋਈ ਨਵਾਂ ਪ੍ਰਵਾਨ ਨਹੀਂ, ਡਿਵੈਲਪਮੈਂਟ ਬੰਦ ਹੈ, ਅਤੇ ਖਜ਼ਾਨੇ ਮੰਤਰੀ ਤੋਂ ਹੋਰ ਆਸ ਕੀ ਰੱਖਦੇ ਸੀ।
ਇਹ ਗੱਲਾਂ ਤਾਂ ਅਸੀਂ ਔਰ ਲੋਕਾਂ ਦੇ ਟੈਕਸਿਸ ਦੇ ਰੂਪ 'ਚ ਬੋਝ ਵੱਧ ਪਾਤੇ। 32,12,000 ਕਰੋੜ ਰੁਪਈਆ 32 ਦੇ ਰੂਪ 'ਚ ਬਿੱਲਾਂ ਦੇ ਰੂਪ 'ਚ ਲੋਕਾਂ ਦੀ ਜੇਬਾਂ 'ਚੋਂ ਕੱਢਿਆ। ਹਾਈਐਸਟ ਇਲੈਕਟ੍ਰੀਸਿਟੀ ਰੇਟ ਪੰਜਾਬ ਦਾ, ਹਾਈਐਸਟ ਫਿਕਸ ਚਾਰਜਿਸ ਕਿਸੇ ਸੂਬੇ 'ਚ ਨਹੀਂ ਲੱਗਦੇ ਜੀ, ਪੰਜਾਬ 'ਚ ਕਦੇ ਨਹੀਂ ਲੱਗੇ। 32 ਬਾਲੋ ਨਾ ਬਾਲੋ ਚਾਰਜ ਆਊਗਾ, ਬਿੱਲ ਆਊਗਾ, ਬਿੱਲ ਲਾ ਤੇ ਪੈਟਰੋਲ ਡੀਜ਼ਲ ਸਭ ਤੋਂ ਮਹਿੰਗਾ ਕਰਤਾ, RDF ਮੰਡੀ ਵੀ ਲਾ ਤਾ, ਮਗਰ ਕੁਛ ਨਹੀਂ, ਲੋਕਾਂ ਤੋਂ ਪੈਸੇ ਲੈਣੇ, ਲੋਕਾਂ ਨੂੰ ਸਹੂਲਤ ਕੋਈ ਨਹੀਂ ਦਿੱਤੀ। ਗੁਰਪਿਆਰਿਓ, ਭਾਰਤ ਦੀ ਸੱਤਾ ਅਤੇ ਸਿਆਸਤ, ਜੋ ਸਿਆਸਤਦਾਨ ਹੈ ਨੇ ਉਹੀ ਉਸਦੇ ਉੱਤੇ ਕਾਬਜ਼ ਹੋਈ ਬੈਠੇ ਨੇ। ਇਹ ਕੁਝ ਉਹ ਰਵਾਇਤੀ ਪਾਰਟੀਆਂ ਨੇ ਜੋ ਸਾਲ ਦਰ ਸਾਲ ਪੰਜਾਬ ਦੀ, ਭਾਰਤ ਦੀ ਸਿਆਸਤ ਦੇ ਉੱਤੇ ਕਬਜ਼ਾ ਕਰਦੀਆਂ ਨੇ, ਅਤੇ ਹੁਣ ਸਮਾਂ ਆ ਗਿਆ ਜਦੋਂ ਅਸੀਂ ਭਾਰਤ ਨੂੰ ਅਗਰ ਨਹੀਂ ਦੇ ਸਕਦੇ ਤਾਂ ਘੱਟੋ ਘੱਟ ਪੰਜਾਬ ਨੂੰ ਇੱਕ ਤੀਜਾ ਬਦਲ ਦੇਣ ਦੀ ਕੋਸ਼ਿਸ਼ ਜ਼ਰੂਰ ਕਰੀਏ, ਤਾਂ ਜੋ ਅਗਰ ਪੰਜਾਬ ਤੋਂ ਅਸੀਂ ਇਹ ਮੁਹਿੰਮ ਸ਼ੁਰੂ ਕਰਾਂਗੇ ਤਾਂ ਅਸੀਂ ਭਾਰਤ ਦੀ ਸਿਆਸਤ ਤੱਕ ਉਸ ਮੁਹਿੰਮ ਨੂੰ ਲੈ ਕੇ ਜਾ ਸਕਾਂਗੇ। ਕਿਉਂਕਿ ਭਾਰਤ ਇੱਕ ਸੋਨੇ ਦੀ ਚਿੜੀ ਸੀ ਤੇ ਉਸ ਸੋਨੇ ਦੀ ਚਿੜੀ ਦੇ ਸਿਰ ਦਾ ਤਾਜ ਪੰਜਾਬ ਹੁੰਦਾ ਸੀ, ਪਰ ਅੱਜ ਹਰ ਪਾਸਿਓਂ ਇਸ ਨੂੰ ਘੁਣ ਲੱਗ ਚੁੱਕਿਆ ਹੈ, ਹਰ ਪਾਸਿਓਂ ਸਿਆਸਤ ਇਸ ਨੂੰ ਮੁਕਾ ਚੁੱਕੀ ਹੈ, ਖਾ ਚੁੱਕੀ ਹੈ। ਪਰ ਸਿਆਸਤਦਾਨ ਜੋ ਸਿਆਸਤ ਦੇ ਅਹੁਦਿਆਂ ਤੇ ਬੈਠੇ ਨੇ ਉਹ ਦਿਨੋ ਦਿਨ ਅਮੀਰ ਹੋਈ ਜਾਂਦੇ ਨੇ, ਤੇ ਜੋ ਦਿਨ ਰਾਤ ਮਿਹਨਤ ਕਰਦੇ ਨੇ ਉਹ ਦਿਨੋ ਦਿਨ ਗਰੀਬ ਹੋਈ ਜਾਂਦੇ ਨੇ, ਤੇ ਉਹਨਾਂ ਨੂੰ ਆਪਣੀ ਮਿਹਨਤ ਦਾ ਮੁਆਵਜ਼ਾ ਤੱਕ ਨਹੀਂ ਮਿਲਦਾ। ਇਸ ਕਰਕੇ ਜੇਕਰ ਅਸੀਂ ਆਪਣੇ ਬਣਦੇ ਹੱਕ ਲੈਣਾ ਚਾਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਕਿ ਭਾਰਤ ਅਤੇ ਪੰਜਾਬ ਖਾਲੀ ਨਾ ਹੋਵੇ, ਸਾਡੀ ਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਨਾ ਭੱਜੇ, ਸਭ ਕੁਛ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਹੀ ਉਹਨਾਂ ਨੂੰ ਮਿਲੇ, ਤਾਂ ਕਿਤੇ ਨਾ ਕਿਤੇ ਇਹ ਗੰਦੀ ਸਿਆਸਤ ਸਾਨੂੰ ਸਾਫ਼ ਕਰਨੀ ਪੈਣੀ ਹੈ, ਅਤੇ ਸਾਰੀ ਆਵਾਮ ਦਾ ਫਰਜ਼ ਬਣਦਾ ਹੈ ਕਿ ਇਸ ਗੰਦੀ ਸਿਆਸਤ ਨੂੰ ਸਾਫ਼ ਕਰਨ ਵਾਸਤੇ ਇੱਕ ਦੂਜੇ ਦਾ ਹੱਥ ਫੜ ਕੇ ਅਸੀਂ ਇੱਕ ਦੂਜੇ ਦਾ ਸਾਥ ਦੇਈਏ, ਜਾਤਾਂ ਪਾਤਾਂ ਤੋਂ ਉੱਤੇ ਉੱਠੀਏ, ਧਰਮ ਅਤੇ ਫਿਰਕੂ ਪ੍ਰਸਤੀ ਸੋਚ ਤੋਂ ਅਸੀਂ ਉੱਤੇ ਉੱਠੀਏ, ਤਾਂ ਹੀ ਅਸੀਂ ਅਜਿਹੇ ਘਟੀਆ ਸਿਆਸਤਦਾਨਾਂ 'ਤੇ ਠੱਲ ਪਾ ਸਕਾਂਗੇ, ਤਾਂ ਹੀ ਅਸੀਂ ਇਹਨਾਂ ਘਟੀਆ ਰਵਾਇਤੀ ਪਾਰਟੀਆਂ ਤੋਂ ਆਪਣਾ ਸਮਾਜ ਬਚਾ ਸਕਾਂਗੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।